ਅਸਲਾਮੁਅਲੈਕੁਮ ਜੀ, ਤਮਾਮ ਯੂਟਿਊਬ ਫੈਮਿਲੀ ਕੈਸੀ ਹੈ ਜੀ? ਉਮੀਦ ਹੈ ਜੀ ਸਭ ਠੀਕ ਹੋਣਗੇ ਔਰ ਖੈਰੀਅਤ ਨਾਲ ਹੋਣਗੇ ਅਲਹਮਦੁਲਿਲਾ। ਅਤੇ ਵੀਰ ਜੀ, ਅੰਮੀ ਦੀ ਤਬੀਅਤ ਅੱਜ ਠੀਕ ਨਹੀਂ ਸੀ ਅਤੇ ਜਿਹੜਾ ਨਾ ਅੱਜ ਜਿਹੜਾ ਨਾ ਵੀਡੀਓ ਜਿਹੜਾ ਨਾ ਮੈਂ ਖੁਦ ਹੀ ਬਣਾਵਾਂਗਾ ਔਰ ਖੁਦ ਹੀ ਜਿਹੜਾ ਨਾ ਰੈਸਪੀ ਤਿਆਰ ਕਰਾਂਗਾ। ਅਤੇ ਚਲੋ ਵੀਡੀਓ ਦੇ ਨਾਲ ਬਣਿਆ ਰਹੀਏਗਾ। ਜਿਹੜਾ ਮੇਰਾ ਭੈਣ ਭਰਾ ਚੈਨਲ 'ਤੇ ਨਵਾਂ ਹੈ, ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦੇਵੇ। ਅਤੇ ਚਲੋ ਤੁਹਾਡਾ ਸ਼ੇਅਰ ਕਰਾਂਗੇ ਜੀ ਰੈਸਪੀ, ਵੀਡੀਓ ਦੇ ਨਾਲ ਬਣਿਆ ਰਹੀਏਗਾ ਜੀ। ਅਤੇ ਅੰਮੀ ਠੀਕ ਨਹੀਂ, ਉਹਦੀ ਵਜ੍ਹਾ ਤੋਂ ਜਿਹੜਾ ਨਾ ਜੀ ਅੱਜ ਰੈਸਪੀ ਜਿਹੜਾ ਨਾ ਮੈਨੂੰ ਖੁਦ ਤਿਆਰ ਕਰਨੀ ਪੈ ਰਹੀ ਹੈ। ਚਲੋ ਵੀਵਰ, ਰੈਸਪੀ ਸਟਾਰਟ ਕਰਨਾ ਜੀ। ਘਿਓ ਸਾਡਾ ਜਿਹੜਾ ਨਾ ਜੀ ਬਿਲਕੁਲ ਗਰਮ ਹੋ ਚੁੱਕਿਆ। ਅਤੇ ਵੀਵਰ ਇਹਦੇ ਅੰਦਰ ਕਰਨਾ ਜੀ ਪਿਆਜ਼ ਨੂੰ ਐਡ। ਅਤੇ ਅੰਮੀ ਜਿਹੜਾ ਨਾ ਜੀ ਕੱਲ੍ਹ ਦੀ ਅੰਮੀ ਦੀ ਤਬੀਅਤ ਜਿਹੜਾ ਨਾ ਖਰਾਬ ਸੀ, ਤੋ ਫਿਰ ਅੱਜ ਜਿਹੜਾ ਨਾ ਵੱਡਾ ਭਾਈ ਆਇਆ ਅਤੇ ਉਹ ਜਿਹੜਾ ਨਾ ਲੈ ਕੇ ਗਿਆ ਜੀ ਪ੍ਰਾਈਵੇਟ ਹੋਸਪਿਟਲ, ਯਾਨੀ ਕਿ ਬਾੜੇ ਜਿਹੜਾ ਨਾ ਉੱਥੇ ਉਹਨਾਂ ਨੂੰ ਜਿਹੜਾ ਨਾ ਉਹਨਾਂ ਦੀ ਦੇਖਭਾਲ ਹੋ ਰਹੀ ਹੈ। ਅਤੇ ਫਿਰ ਮੈਂ ਬੱਚਿਆਂ ਦਾ ਕਰਕੇ ਨਹੀਂ ਸੀ ਗਿਆ, ਅਤੇ ਜਿਹੜਾ ਨਾ ਜੀ ਬੱਚਿਆਂ ਨੂੰ ਵੀ ਮਗਰ ਪੈਣਾ ਸੀ, ਇਸ ਵਜ੍ਹਾ ਤੋਂ ਮੈਂ ਨਹੀਂ ਗਿਆ। ਫਿਰ ਮੇਰੇ ਦੋਨੋਂ ਭਾਈ ਜਿਹੜੇ ਨੇ ਅੰਮੀ ਦੇ ਨਾਲ ਹੀ ਨੇ, ਅਤੇ ਮੈਂ ਫਿਰ ਘਰ ਸੀ ਅਤੇ ਮੈਂ ਬੱਚਿਆਂ ਦੇ ਕੋਲ, ਮੈਂ ਤਾਂ ਫਿਰ ਹਾਂਜੀ ਹੁੰਦੀ ਮੈਂ ਉਹਦੇ ਬਣਾ ਲਵਾਂਗਾ ਮਗਰੋਂ ਜੀ। ਬਸ ਜਿਹੜਾ ਨਾ ਦੁਆ ਕਰੋ ਜੀ ਅੱਲਾਹ ਤਾਲਾ ਮੇਰੀ ਮਾਂ ਨੂੰ ਤੰਦਰੁਸਤੀ ਔਰ ਸਿਹਤ ਦੇਵੇ। ਆਹ ਥੋੜ੍ਹਾ ਜਿਹਾ ਪਾਣੀ ਵੀ ਰੱਖ ਤੇ ਕੋਲ। ਅਤੇ ਜੀ ਇਹ ਸਾਡੇ ਕੋਲ ਜੀ ਅਦਰਕ ਲਸਣ ਦਾ ਪੇਸਟ ਹੈ, ਜਿਹੜਾ ਅਸੀਂ ਇਹਦੇ ਐਡ ਕਰਾਂਗੇ। ਨਹੀਂ ਯਾਰ, ਛੁਰੀ ਕਿੱਥੇ ਗਈ? ਟਮਾਟਰ ਇੱਕ ਅਸੀਂ ਐਡ ਕਰਾਂਗੇ ਪੀਪਰ ਇਹਦੇ ਅੰਦਰ, ਮਸਾਲਾ ਜਿਹੜਾ ਨਾ ਸਾਡਾ ਬਿਲਕੁਲ ਰੈਡੀ ਹੋ ਜਾਵੇ। ਪਾਣੀ ਦੇ ਦਿਓ ਭਾਅ, ਬਾਅਦ ਥੋੜ੍ਹਾ ਜਿਹਾ ਗਲਾਸ ਦੇ ਵਿੱਚ ਪਾਣੀ ਦੇ ਦਿਓ, ਖੇਡਣ ਲੱਗ ਗਏ ਜੀ। ਕਈ ਵਾਰ ਇਹਦੇ ਅੰਦਰ ਐਡ ਕਰਾਂਗੇ ਜੀ ਅਸੀਂ ਮਿਰਚਾਂ ਟੇਸਟ ਦੇ ਮੁਤਾਬਕ, ਤਕਰੀਬਨ 3 ਚਮਚ। ਥੋੜ੍ਹੀ ਜਿਹੀ ਅਸੀਂ ਐਡ ਕਰਾਂਗੇ ਜੀ ਹਲਦੀ, ਔਰ ਨਾਲ ਕਰਾਂਗੇ ਜੀ ਨਮਕ ਹਸਬੇ ਮੁਤਾਬਕ।
ਅਤੇ ਵੀਵਰ ਇਹਦੇ ਐਡ ਕਰਨੇ ਜੀ ਅੰਦਰ ਚਿਕਨ ਮਸਾਲੇ ਦੇ, ਘਿਓ ਛੱਡ ਚੁੱਕੇ ਹੈ ਇਹਨੂੰ ਅੱਛੇ ਤਰੀਕੇ ਨਾਲ ਜੀ ਇਹਦੀ ਕਰਨੀ ਜੀ ਭੁਨਾਈ ਇਸੇ ਮਸਾਲੇ ਦੇ ਵਿੱਚ ਹੀ। ਅਤੇ ਚਲੋ ਵੀਵਰ ਜੀ ਚੁੱਕ ਕੇ ਵੇਖਦੇ ਜੀ ਢੱਕਣ, ਵੀਵਰ ਜਿਹੜਾ ਜੀ ਮਗਰਬ ਹੋ ਗਈ ਹੈ, ਅਜ਼ਾਨ ਹੋ ਲਵੇ ਚਲ ਕਰਨੇ ਵੇਟ। ਅਤੇ ਵੀਵਰ ਜੀ ਮਾਸ਼ਾਅੱਲਾ ਜੀ ਗੋਹ ਸਾਡਾ ਬਿਲਕੁਲ ਤਿਆਰ ਹੋ ਚੁੱਕਿਆ, ਅਤੇ ਚਲੇ ਇਹਦੇ ਉੱਪਰ ਕਰਨਾ ਜੀ ਸਬਜ਼ ਧਨੀਆ ਐਡ ਵਿੱਚ। ਚਲੇ ਇਹਨੂੰ ਕਰਨੇ ਡਿਸ਼ ਆਊਟ ਇਹਦੀ। ਤੋ ਵੀਵਰ ਜੀ ਇਹ ਜੀ ਸਾਡੀ ਗੋਸ਼ਤ ਦੀ ਰੈਸਪੀ, ਅਗਰ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਆਪਣੇ ਭਰਾ ਨੂੰ ਕਮੈਂਟ ਲਾਜ਼ਮੀ ਕਰਕੇ ਦੱਸੀਏਗਾ ਜੀ, ਠੀਕ ਹੈ ਜੀ। ਅਤੇ ਮੈਨੂੰ ਦਿਓ ਜੀ ਤੁਸੀਂ ਇਜਾਜ਼ਤ, ਇਨਸ਼ਾ ਅੱਲਾਹ ਤਾਲਾ ਜੀ ਕੱਲ੍ਹ ਫਿਰ ਇੱਕ ਨਵੇਂ ਰੈਸਪੀ ਨਾਲ ਹਾਜ਼ਰ ਹੋਵਾਂਗੇ, ਅਤੇ ਦੁਆ ਕਰਨਾ ਜੀ ਅੰਮੀ ਮੇਰੀ ਠੀਕ ਹੋ ਜਾਵੇ, ਅਤੇ ਅੰਮੀ ਮੇਰੀ ਜਿਹੜੀ ਖਾਣੇ ਬਣਾਉਂਦੀ ਹੈ ਤੁਹਾਨੂੰ ਪਤਾ ਹੀ ਅੱਛੇ ਬਣਾਉਂਦੀ ਹੈ, ਹੁਣ ਇਹ ਪਤਾ ਨਹੀਂ ਕਿਹੋ ਜਿਹਾ ਬਣਿਆ, ਖਾਵਾਂਗੇ ਤਾਂ ਪਤਾ ਲੱਗੇਗਾ। ਅਤੇ ਮੈਨੂੰ ਦਿਓ ਜੀ ਤੁਸੀਂ ਇਜਾਜ਼ਤ, ਇਨਸ਼ਾ ਅੱਲਾਹ ਤਾਲਾ ਜੀ ਕੱਲ੍ਹ ਫਿਰ ਇੱਕ ਨਵੇਂ ਰੈਸਪੀ ਨਾਲ ਹਾਜ਼ਰ ਹੋਵਾਂਗੇ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖੀਏਗਾ ਜੀ, ਅਤੇ ਮੈਨੂੰ ਦੁਆਵਾਂ ਯਾਦ ਰੱਖੀਏਗਾ ਜੀ। ਅੱਲਾ ਹਾਫਿਜ਼।